ਉਹ ਆਸ਼ੀਸ਼ ਕਿੱਦਾਂ, ਕੰਗ੍ਰੈਚੁਲੇਸ਼ਨ, ਥੈਂਕ ਯੂ ਸੋ ਮਚ, ਤੇਰਾ ਲਾਇਸੈਂਸ ਪਾਸ ਹੋਇਆ, ਹੁਣ ਇੱਦਾਂ ਕਰ ਫਟਾਫਟ ਵਧੀਆ ਜੀ ਪਾਰਟੀ ਕਰਾ ਭਾਜੀ। ਪਹਿਲੇ ਟਾਈਮ 'ਚ ਪਾਸ ਹੋਇਆ ਯਾਰ ਭਾਜੀ, ਪਾਰਟੀ ਤਾਂ ਫਿਰ ਆਪਾਂ ਬ੍ਰੈਂਪਟਨ ਕਰਦੇ ਹਾਂ, ਇੱਥੇ ਇੰਡੀਅਨ ਫੂਡ ਆਪਾਂ ਨੂੰ ਕਿੱਥੇ ਮਿਲਣਾ, ਤੁਸੀਂ ਵੀ ਸਮਝਿਆ ਕਰੋ, ਬ੍ਰੈਂਪਟਨ ਆਪਾਂ ਨੂੰ ਵਧੀਆ ਫੂਡ ਮਿਲ ਜਾਣਾ, ਇੰਡੀਅਨ ਫੂਡ ਜਿਹੜਾ ਆਪਾਂ ਚਾਹੁੰਦੇ ਹਾਂ, ਜਿਹੜਾ ਫੂਡ ਤੂੰ ਬ੍ਰੈਂਪਟਨ 'ਚ ਖਾਂਦਾ ਐਂਡ ਜਿਹੜੇ ਰੈਸਟੋਰੈਂਟ ਦਾ ਤੂੰ ਸੋਚ ਰਿਹਾ ਹੋਏਗਾ ਬ੍ਰੈਂਪਟਨ ਦੇ ਵਿੱਚ ਜਾਣ ਦਾ, ਉਹਨਾਂ ਦੀ ਸੇਮ ਬ੍ਰਾਂਚ ਇੱਥੇ ਵੀ ਹੈਗੀ ਆ। ਇੱਥੇ ਤੇਰੇ ਪਿੱਛੇ ਦੇਖ, ਦਾਲ ਰੋਟੀ ਔਰੇਂਜ ਵਿਲ, ਸੋ ਦਾਲ ਰੋਟੀ ਜਿੱਥੇ ਬ੍ਰੈਂਪਟਨ ਹੈਗਾ, ਦੋ ਦੋ ਤਿੰਨ ਤਿੰਨ ਲੋਕੇਸ਼ਨਾਂ ਨੇ, ਇੱਕ ਲੋਕੇਸ਼ਨ ਉਹਨਾਂ ਦੀ ਔਰੇਂਜ ਵਿਲ ਵੀ ਹੈਗੀ ਹੈ, ਅਤੇ ਆਹ ਤੁਹਾਨੂੰ ਅੱਜ ਇੱਥੇ ਦਾ ਖਾਣਾ ਟੇਸਟ ਕਰਾਂ। ਚਲੋ ਜੀ ਚਲੋ। ਮੁੰਡੇ ਹੁੱਟ ਵਿੱਚ ਬੰਨ ਕੇ ਵੰਡਾਣਾ ਫਿਰਦੇ, ਮੁੰਡੇ ਪਿੰਡਾਂ ਵਾਲੇ ਬੰਨ ਕੇ ਵੰਡਾਣਾ ਫਿਰਦੇ, ਹੁੱਟ ਵਿੱਚ ਬੰਨ ਕੇ ਵੰਡਾਣਾ ਫਿਰਦੇ। ਰੱਖ ਡੈਸ਼ ਉੱਤੇ ਗੰਨ, ਸ਼ਾਇਰ ਕਰਦੇ ਆ ਰਨ, ਰੱਖ ਡੈਸ਼ ਉੱਤੇ ਗੰਨ, ਸ਼ਾਇਰ ਕਰਦੇ ਆ ਰਨ, ਪੂਰੀ ਗਰਮ ਖਿਆਲੀ ਨਾਲੋਂ ਲਾ ਦਿੰਦੇ ਚਮ, ਆਓ ਤਿੱਖੇ ਜਮਾਂ ਵਾਂਗ ਨੀ ਕਟਾਣਾ ਫਿਰਦੇ, ਜਮਾਂ ਵਾਂਗ ਨੀ ਕਟਾਣਾ ਫਿਰਦੇ, ਮੁੰਡੇ ਹੁੱਟ ਵਿੱਚ, ਹੁੱਟ ਵਿੱਚ ਬੰਨ ਕੇ ਵੰਡਾਣਾ ਫਿਰਦੇ, ਚਿਕਨ ਐਂਡ ਚਾਟ ਪਾਪੜੀ। ਸੋ ਪਹਿਲਾਂ ਇੱਕ ਇੱਕ ਪੀਸ ਚਿਕਨ ਦਾ ਟੇਸਟ ਕਰਦੇ ਹਾਂ। ਸੋ ਚਿਕਨ ਦੀ ਜਗ੍ਹਾ ਤੁਸੀਂ ਮਨਚੂਰੀਅਨ, ਕੋਲੀਫਲਾਵਰ ਐਂਡ ਪਨੀਰ ਸਭ ਕੁਛ ਲੈ ਸਕਦੇ ਹੋ, ਮਨਚੂਰੀਅਨ ਵਗੈਰਾ ਸਾਰੇ ਐਪੀਟਾਈਜ਼ਰ ਜਿਹੜੇ ਨੋਰਮਲੀ ਹੁੰਦੇ ਨੇ ਉਹ ਸਾਰੇ ਹੈਗੇ ਨੇ, ਪਰ ਆਪਾਂ ਇਹ ਚਿਕਨ ਮੰਗਵਾਇਆ ਕਿਉਂਕਿ ਇਹਨੂੰ ਚਿਕਨ ਬਹੁਤ ਪਸੰਦ ਆ, ਅਤੇ ਨਾਲ ਅਸੀਂ ਮੰਗਵਾਇਆ ਚਾਟ ਪਾਪੜੀ। ਸੋ ਇਹ ਇਹਨਾਂ ਦੀ ਅਲੱਗ ਹੀ ਹੁੰਦੀ ਹੈ, ਪਰ ਇਹ ਡੀਲ 'ਤੇ ਲੱਗੀ ਹੋਈ ਸੀਗੀ ਕੁਛ ਟਾਈਮ ਪਹਿਲਾਂ, ਐਂਡ ਗੋਰਿਆਂ ਨੂੰ ਬਹੁਤ ਪਸੰਦ ਆ ਰਹੀ, ਲੋਕ ਸਮੋਸੇ ਪਕੌੜੇ ਖਾ ਰਹੇ ਨੇ, ਦੇਖ ਰਹੇ ਹਾਂ ਅਸੀਂ ਗੋਰੇ ਆ ਰਹੇ ਨੇ ਅਤੇ ਟੇਸਟ ਕਰ ਰਹੇ ਨੇ, ਇਟਸ ਅਮੇਜ਼ਿੰਗ। ਆ ਲਓ ਜੀ। ਸੋ ਆ ਜਾਓ ਜਰਾ, ਨਾਲ ਡਰਿੰਕ ਵੀ ਹੈਗੀ ਆਪਣੀ, ਸੋ ਡਰਿੰਕ ਐਂਡ ਨਾਲ ਐਪੀਟਾਈਜ਼ਰਸ ਟੇਸਟ ਕਰਦੇ ਹਾਂ। ਬਿਲਕੁਲ ਚਾਈਨੀਜ਼ ਫਲੇਵਰਸ ਆਰ ਗੁੱਡ, ਚਿਕਨ ਬਹੁਤ ਟੈਂਡਰ ਆ, ਚਿਕਨ ਬਹੁਤ ਸੋਫਟ ਆ ਵਿਚ ਇਜ਼ ਟਰੂ, ਸੈਸਮੀ ਸੀਡਸ ਲਗਾਏ ਹੋਏ ਨੇ, ਲੁਕਸ ਗੁੱਡ ਐਂਡ ਟੇਸਟ ਬਿਲਕੁਲ ਔਥੈਂਟਿਕ, ਜਾਂ ਮਾਈਲਡ ਜਾਂ ਸਪਾਈਸੀ ਐਂਡ ਬਿਲਕੁਲ ਕੰਫਰਟੇਬਲ ਜਿਹਾ ਟੇਸਟ ਹੈ। ਸੋ ਜੇ ਤੁਸੀਂ ਕਿਤੇ ਵਿਸਾਖਾ ਬੀਚ, ਕੋਲਿੰਗਵੁੱਡ ਜਾਂ ਔਰੇਂਜਵਿਲ ਦੇ ਆਸ ਪਾਸ ਲੰਘ ਰਹੇ ਹੋ ਐਂਡ ਨੌਰਥ ਇੰਡੀਅਨ ਫੂਡ ਇੰਜੋਏ ਕਰ ਰਹੇ ਹੋ, ਈਵਨ ਇਫ ਯੂਅਰ ਇੱਥੇ ਰਹਿ ਰਹੇ ਹੋ, ਤਾਂ ਟੇਸਟ ਜ਼ਰੂਰ ਕਰਕੇ ਦੇਖੋ, ਕਾਫੀ ਲੋਕ ਪਸੰਦ ਕਰ ਰਹੇ ਇਹਨਾਂ ਦਾ ਫਲੇਵਰਸ। ਸੋ ਚੀਅਰਸ। ਚਾਟ ਪਾਪੜੀ ਬਹੁਤ ਯੂਨੀਕ ਹੈ ਐਂਡ ਬਹੁਤ ਅਮੇਜ਼ਿੰਗ ਹੈ। ਮੈਂ ਟੇਸਟ ਨਹੀਂ ਕੀਤੀ, ਖਾ ਕੇ ਦੇਖੋ। ਸੋ ਜਿਹੜਾ ਨੇੜੇ ਦਿਖਾਉਣਾ, ਚਾਟ ਪਾਪੜੀ ਦੇ ਵਿੱਚ ਕੀ ਕੁਛ ਪਾਇਆ ਹੋਇਆ, ਓਕੇ ਕਾਫੀ ਚੀਜ਼ਾਂ ਪਾਈਆਂ ਹੋਈਆਂ ਨੇ, ਅਤੇ ਇੱਕ ਵੱਡੀ ਜਿਹੀ ਬਾਈਟ, ਸੋ ਲਾਸਟ ਟਾਈਮ ਅਸੀਂ ਇਹਨੇ ਖਾਧੀ ਸੀਗੀ, ਸਭ ਕੁਛ ਕ੍ਰਸ਼ ਕਰਕੇ ਉਹਨੂੰ ਸਜਾਉਂਦੇ ਸੀਗੇ, ਇਹ ਉਸ ਤਰ੍ਹਾਂ ਦੀ ਨਹੀਂ ਹੈ, ਤਾਂ ਟੇਸਟ ਬਹੁਤ ਅੱਛੇ ਹੈ, ਫਲੇਵਰਸ ਆਰ ਗੁੱਡ, ਬਿਲਕੁਲ ਫਸਟ ਸਟਰੀਟ 'ਤੇ ਔਰੇਂਜਵਿਲ ਡਾਊਨ ਟਾਊਨ ਤੋਂ ਬਿਲਕੁਲ ਨੇੜੇ, ਡਰਾਈਵ ਟੈਸ ਦੇ ਬਿਲਕੁਲ ਕੋਲ, ਮੈਟਰੋ ਦੇ ਬਿਲਕੁਲ ਸਾਹਮਣੇ ਪੈਂਦਾ ਔਰੇਂਜਵਿਲ ਦਾ ਦਾਲ ਰੋਟੀ, ਉਹੀ ਫਲੇਵਰਸ ਨੇ, ਉਹੀ ਫੂਡ ਹੈ, ਉਹੀ ਵਰਾਇਟੀਜ਼ ਨੇ, ਅਤੇ ਜੇ ਤੁਸੀਂ ਬਾਹਰ ਆ ਕੇ ਆਪਣੇ ਘਰ ਵਰਗਾ ਖਾਣਾ ਲੱਭ ਰਹੇ ਹੋ, ਨੌਰਥ ਇੰਡੀਅਨ ਫੂਡ ਲੱਭ ਰਹੇ ਹੋ, ਇੰਡੀਅਨ ਸਟਾਈਲ, ਸੋ ਜ਼ਰੂਰ ਬ੍ਰੇਕ ਮਾਰ ਕੇ ਜਾਣਾ, ਖਾਣਾ ਕੁਆਲਿਟੀ ਪ੍ਰਾਈਜ਼ ਸਭ ਕੁਛ ਅੱਛਾ ਹੈ, ਐਂਡ ਓਵਰਆਲ ਕਿਹਾ ਸਰ ਬਹੁਤ ਵਧੀਆ ਆ, ਕੁਆਲਿਟੀ ਵਾਈਜ਼ ਬਹੁਤ ਗੁੱਡ ਨੇ, ਜਾਂ
ਖਾਣਾ ਅੱਛਾ ਪਿਓ ਜਿਹੜੀ ਗ੍ਰੇਵੀ ਨਾਲ ਪ੍ਰੋਪਰ ਬਲੈਂਡ ਹੋਈਆਂ ਪਈਆਂ ਨੇ ਕਾਲੀ ਅਤੇ ਇਹ ਮਿੰਟ ਮਿੰਟ ਤੋਂ ਟੇਸਟ